ਪੇਟ ਦੀ ਗੈਸ ਐ ਦਸਤੀ ਨਿਕਲੇਗੀ ਠੀਕ ਹੈ। ਆਪਣੀ ਇੱਕ ਮੱਝ ਮਰ ਗਈ ਆ ਤਕਰੀਬਨ, ਮੱਝ ਆ ਫਰ ਗਈ ਸੀ। ਅਸਲਾਮੁ ਅਲੈਕਮ, ਕੀ ਹਾਲ ਹੈ ਜਨਾਬ ਸਾਰਿਆਂ ਭਰਾਵਾਂ ਦਾ, ਉਮੀਦ ਕਰਨਾ ਸਾਰੇ ਠੀਕ ਠਾਕ ਹੋਵੋਗੇ। ਜਨਾਬ ਸਾਰਿਆਂ ਤੋਂ ਪਹਿਲੇ ਤੇ ਆ ਵੀਡੀਓ ਵੇਖੋ। ਸਵੇਰੇ ਸਵੇਰੇ ਆਪਣਾ ਨੁਕਸਾਨ ਹੋ ਗਿਆ ਬਹੁਤ ਵੱਡਾ, ਆਪਣੀ ਇੱਕ ਮੱਝ ਮਰ ਗਈ ਆ ਤਕਰੀਬਨ, ਮੱਝ ਆ ਫਰ ਗਈ ਸੀ ਜਿਹਨੂੰ ਗੈਸ ਕਹਿੰਦੇ ਨੇ ਹੋ ਗਈ ਸੀ। ਵੇਖ ਲਈ ਜਨਾਬ, ਇਹ ਬੰਦਾ ਹੁਣ ਕਿਸੇ ਤਾਰੀਫ ਦਾ ਮੁਹਤਾਜ ਨਹੀਂ ਹੈ ਠੀਕ ਹੈ। ਮੈਂ ਵੀਡੀਓ ਬਣਾਈ ਸੀ ਪਹਿਲੇ ਕਿ ਜਾਨਵਰ ਜਿਹੜਾ ਆਫਰ ਜਾਂਦਾ ਗਾਂ ਜਾਂ ਮੱਝ, ਅਤੇ ਉਹਦਾ ਸੌਖਾ ਇਲਾਜ ਮੈਂ ਤੁਹਾਨੂੰ ਦੱਸਿਆ ਸੀ, ਅਤੇ ਕਾਰਾਮਦ ਨੁਸਖਾ ਕਿ ਇਹ ਮੈਂ ਘਰ ਯੂਜ਼ ਕੀਤੇ ਨੇ ਅਤੇ ਇਹਨਾਂ ਦਸਤੀ ਜਿਹੜਾ ਹੱਲ ਕੀਤਾ ਮੇਰਾ, ਅਤੇ ਮੈਂ ਤੁਹਾਨੂੰ ਦੱਸਿਆ ਬਹੁਤ ਬੰਦਿਆਂ ਨੇ ਐਗਰੀ ਵੀ ਕੀਤਾ, ਬਹੁਤ ਸਾਰੇ ਮੈਨੂੰ ਜਿੰਨੇ ਕਮੈਂਟ ਆਏ ਨੇ ਉਹਨਾਂ ਐਗਰੀ ਕੀਤਾ ਇਸ ਚੀਜ਼ 'ਤੇ, ਅਤੇ ਇਹ ਸਾਡੇ ਖੁਦ ਇਸਤੇਮਾਲ ਸ਼ੁਦਾ ਨੇ ਅਤੇ ਤਾਂ ਮੈਂ ਦੱਸਣਾ ਵਾਂ। ਅਤੇ ਜਨਾਬ ਇਸ ਬੰਦੇ ਦੇ ਹੁਣ ਮੱਝ ਹੈਰੀ ਮੇਰੀ ਇਹੀ, ਉਹ ਕਹਿੰਦਾ ਮੈਂ ਸਾਰੇ ਜਿਹੜਾ ਯਤਨ ਕਰ ਲਏ ਨੇ, ਡਾਕਟਰਾਂ ਨੂੰ ਬੁਲਾਇਆ, ਲੇਕਿਨ ਮੱਝ ਨਹੀਂ ਬਚੀ ਹੈ। ਅਤੇ ਯਾਰ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਤੁਸੀਂ ਅਤੇ ਇਹਦੇ ਕੋਲ ਵੀਡੀਓ ਪਹੁੰਚ ਜਾਂਦੀ। ਹੈਰ ਜੋ ਹੋਣਾ ਹੁੰਦਾ ਉਹ ਤਾਂ ਹੋ ਕੇ ਰਹਿੰਦਾ, ਲੇਕਿਨ ਚਲੋ ਇੱਕ ਵਾਰੀ ਆਖਰੀ ਕੋਸ਼ਿਸ਼ ਤਾਂ ਕਰ ਲੈਂਦਾ ਨਾ, ਸ਼ਾਇਦ ਬਚ ਜਾਂਦੀ ਮੱਝ ਦੀ। ਅਤੇ ਤੁਸੀਂ ਜਨਾਬ, ਮੈਂ ਤੁਹਾਨੂੰ ਈਜ਼ੀਲੀ ਇਹਦਾ ਨੁਸਖਾ ਦੱਸਿਆ ਸੀ ਕਿ ਹੁਣ ਗ੍ਰਾਮ ਤਾਂ ਕੀ ਦੱਸਣੇ, ਸਾਡੇ ਜੇ ਪਿੰਡਾਂ ਵਿੱਚ ਜਿਹੋ ਜਿਹੇ ਬੰਦੇ ਹੁੰਦੇ ਨੇ ਉਹਨਾਂ ਨੂੰ ਹੁਣ ਗ੍ਰਾਮਾਂ ਦਾ ਉਹਨਾਂ ਕੀ ਤੋਲਣਾ। ਅਤੇ ਮੈਂ ਤੁਹਾਨੂੰ ਦੱਸਣਾ ਵਾਂ ਢੱਕਣ ਦੇ, ਜਿਹੜਾ ਬੋਤਲ ਦਾ ਹੁੰਦਾ ਨਾ ਢੱਕਣ, ਉਹ ਜਨਾਬ ਤੁਸੀਂ ਇੱਕ ਢੱਕਣ ਲੈ ਲੈਣਾ ਵੇ ਤਾਰਬਿਨ ਆਇਲ, ਅਤੇ ਦੋ ਢੱਕਣ ਲੈ ਲੈਣੇ ਨੇ ਸਰ੍ਹੋਂ ਦਾ ਤੇਲ ਠੀਕ ਹੈ। ਇਹਨਾਂ ਨੂੰ ਮਿਕਸ ਕਰ ਲੈਣਾ। ਜਿਹੜਾ ਜਾਨਵਰ ਆਫਰ ਜਾਂਦਾ ਨਾ, ਗੈਸ ਹੋ ਜਾਂਦੀ ਹੈ ਪੇਟ ਵਿੱਚ, ਬਲੋਟ ਬਣ ਜਾਂਦੀ ਹੈ, ਉਹ ਜਨਾਬ ਉਹਨੂੰ ਤੁਸੀਂ ਇਹ ਮਿਕਸ ਕਰਕੇ ਨਾ ਇਹ ਪਿਲਾ ਦੇਣਾ ਵੇ। ਜਿਸ ਵੇਲੇ ਪਿਲਾਉਣਾ ਹੈ ਨਾ, ਅਤੇ ਤਕਰੀਬਨ ਤਾਰਬਿਨ ਦਾ ਆਇਲ ਜਿਹੜਾ ਕੱਪੜੇ ਉੱਤੇ ਲਾ ਕੇ ਅਤੇ ਉਹਨੂੰ ਸੰਘਾ ਵੀ ਦੇਣਾ ਜਨਾਬ। 10 ਮਿੰਟ ਜਾਂ ਅੱਧਾ ਘੰਟੇ ਵਿੱਚ ਉਸ ਜਾਨਵਰ ਦੇ ਪੇਟ ਦੀ ਗੈਸ ਐਂ ਦਸਤੀ ਨਿਕਲੇਗੀ। ਅਤੇ ਇਹ ਸਾਡੇ ਇਸਤੇਮਾਲ ਸ਼ੁਦਾ ਨੇ, ਘਰ ਇਸਤੇਮਾਲ ਕੀਤੇ ਨੇ। ਅਤੇ ਜਨਾਬ ਜਿਹੜੇ ਭਰਾ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਜਨਾਬ ਸਬਸਕ੍ਰਾਈਬ ਕਰ ਦਿਓ, ਅਤੇ ਬੈੱਲ ਆਈਕਨ ਦਬਾਉਣੀ ਨਹੀਂ ਭੁੱਲਣੀ। ਓਕੇ, ਅਸਲਾਮੁ ਅਲੈਕੁਮ।